ਦੇਖੋ ਜਿਹੜੇ ਓਇਲ ਦੀ ਸਰਵਿਸਿਜ ਅਸੈਂਸ਼ਲ ਸਰਵਿਸਿਜ ਹੈਗੀਆਂ ਨੇ, ਸੋ ਜਿੱਥੇ 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 ਜਿਹਦੀ ਰਿਕੁਆਇਰਮੈਂਟ ਹੈਗੀ ਹੈ, ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਪ੍ਰਿਵੈਂਟਿਵ ਮੈਜ਼ਰ ਵਾਸਤੇ ਜਿਹੜੀ ਹੈਗੀ ਪੁਲਿਸ ਫੋਰਸ ਡਿਪਲੋਏ ਕੀਤੀ ਹੈ, ਤਾਂ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਹੈਗਾ ਅਨੁਸ਼ਕਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਸਰ ਕੀ ਵਿਗਲਾ ਰਸਤਾ ਕੱਢਿਆ, ਕਿਵੇਂ ਡਰਾਈਵਰ ਤੁਸੀਂ ਹਾਇਰ ਕੀਤੇ ਨੇ, ਲੈ ਕੇ ਆਏ ਹੋ? ਨਹੀਂ ਦੇਖੋ, ਇਹ ਤਾਂ ਕੰਪਨੀ ਦਾ ਜਿਹੜਾ ਹੈਗਾ ਇੰਟਰਨਲ ਚੀਜ਼ ਹੈਗੀ ਹੈ। ਅਸੀਂ ਤਾਂ ਜਸਟ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਵੀ ਤਾਂ ਕਿ ਕੋਈ ਬੰਦਾ ਕਿਸ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ। ਸਾਡਾ ਪਰਪਸ ਇੰਨਾ ਵੀ ਕਿਸੇ ਤਰ੍ਹਾਂ ਦੇ ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਹੈ ਉਹਨੂੰ ਕੰਟਰੋਲ ਰੱਖਿਆ ਜਾ ਸਕੇ, ਅਤੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਜਾਂ ਕੋਈ ਅਨਸਕਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਇਸ ਕਰਕੇ ਅਸੀਂ ਸਾਰੇ ਸ਼ਹਿਰ 'ਚ ਭਾਲ ਕਰੂੰਗੇ, ਸਾਰੇ ਪੰਪਾਂ 'ਤੇ ਜਾਂ ਡੈਫੀਨੇਟਲੀ ਜਿਹੜੀ ਗੱਡੀ ਆ ਰਹੀ ਹੈ ਇਹਨਾਂ ਦੀ ਉਹਨਾਂ ਨੂੰ ਸਪਲਾਈ ਦੇ ਰਹੇ ਨੇ, ਅਤੇ ਸਾਡੇ ਵੱਲੋਂ ਜਿਹੜੀ ਕੋਈ ਬਣਦੀ ਸੁਰੱਖਿਆ ਹੈਗੀ ਉਹ ਮੁਹੱਈਆ ਕਰਾਈ ਜਾਂਦੀ। ਧਰਨਾ ਕਰਕੇ ਨਾਲ ਗੱਲਬਾਤ ਹੋਈ, ਕੀ ਕਹਿੰਦੇ ਨੇ ਉਹ? ਅਸੀਂ ਦੋਨੋਂ ਉਹਨਾਂ ਨਾਲ ਵੀ ਗੱਲ ਕਰਕੇ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜੇ ਪ੍ਰੋਟੈਸਟ ਹੈਗਾ ਇਹਨੂੰ ਖਤਮ ਕੀਤਾ ਜਾ ਸਕੇ। ਪੁਲਿਸ ਦੀ ਗਿਣਤੀ ਵਧਾਈ ਹੈ ਸਰ ਇੱਥੇ ਡਿਪੂਆਂ ਦੇ ਬਾਹਰ, ਪੁਲਿਸ ਤਾਇਨਾਤ ਕੀਤੀ ਗਈ? ਪੁਲਿਸ ਦੀ ਗਿਣਤੀ ਜਿਹੜੀ ਹੈਗੀ ਹੈ, ਅਸੀਂ ਜਿਹੜੀ ਪੁਲਿਸ ਫੋਰਸ ਹੈ ਉਹ ਪ੍ਰੀਵੈਂਟਿਵ ਮੈਜ਼ਰ ਵਾਸਤੇ ਡਿਪਲੋਏ ਕੀਤੀ ਹੈ, ਤਾਂ ਕਿ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਹਾਦਸਾ ਜਾਂ ਦੁਰਘਟਨਾ ਜਿਹੜੀ ਹੈਗੀ ਉਸ ਨੂੰ ਪਹਿਲੇ ਟੈਂਕਰ ਭਰਵਾਏ ਗਏ ਨੇ ਜੀ, ਅਸੀਂ ਲੈ ਕੇ ਆਏ ਹਾਂ। ਜਿਹੜੇ ਜਿਹੜੇ ਉਹਨਾਂ ਦੇ ਹੋਰ ਵੀ ਕੰਪਨੀ ਦੇ ਆ ਰਹੇ ਨੇ ਪਰਸਨਲ ਟੈਂਕਰ ਨੇ ਉਹ ਲੈ ਕੇ ਆ ਰਹੇ ਨੇ, ਉਹਨਾਂ ਨੂੰ ਭਰਵਾਵਾਂਗੇ। ਜੇਕਰ ਗੱਲ ਕੀਤੀ ਜਾਵੇ ਸੈਂਕੜਿਆਂ ਦੀ ਗਿਣਤੀ 'ਚ ਪੰਪ ਡਰਾਈ ਪਏ ਨੇ, ਕੀ ਸੰਭਵ ਹੈ ਤੁਸੀਂ ਅੱਜ ਉੱਥੇ ਸਪਲਾਈ ਬਹਾਲ ਕਰਾ? ਡੈਫੀਨੇਟਲੀ ਜਿਹੜੀ ਹੈਗੀ ਹੌਲੀ ਹੌਲੀ ਹਰੇਕ ਚੀਜ਼ ਦਾ ਹੱਲ ਹੁੰਦਾ, ਸੋ ਇਸ ਸਿਚੁਏਸ਼ਨ ਨੂੰ ਵੀ ਹੌਲੀ ਹੌਲੀ ਰਿਜ਼ੋਲਵ ਕਰ ਲਿਆ ਜਾਵੇ। ਸਰ ਚੀਜ਼ ਅਧਿਕਾਰੀਆਂ ਨਾਲ ਮੀਟਿੰਗ ਵੀ ਡਿਸਕਸ ਕਰ ਰਹੇ ਹਾਂ।